ਮੇਰੇ ਖਿਆਲ ਪੱਕਾ ਨਹੀਂ ਸੀ ਰਹਿੰਦਾ ਜੋ ਮੈਨੂੰ ਇੱਥੇ ਦੱਸਿਆ ਇਹਨਾਂ ਨੇ। ਉਹ ਕਦੇ ਕਦੇ ਇੱਥੇ ਨਾਲ ਆਉਂਦਾ ਸੀ ਅਤੇ ਉਹ ਰਹਿੰਦਾ ਸੀ। ਜਿਸ ਤਰ੍ਹਾਂ ਨਾ ਕੱਲ੍ਹ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ ਅੰਮ੍ਰਿਤਪਾਲ ਨੇ, ਅਤੇ ਉਹ ਕੱਲ੍ਹ ਗ੍ਰਹਿ ਵੀ ਕਰਾਉਂਦਾ ਰਿਹਾ ਨਾਲ, ਅੱਗੇ ਵੀ ਆਣ ਕੇ ਰਹਿੰਦਾ ਰਿਹਾ ਇੱਥੇ। ਸੋ ਮੈਂ ਸਮਝਦਾ ਹੈ ਕਿ ਕਿਸੇ ਨੇ ਜਦੋਂ ਕਿਸੇ ਕੋਈ ਰੜਕਦਾ ਹੋਵੇ ਨਾ ਕਿਸੇ ਦੀ ਕੋਈ ਨਿਗ੍ਹਾ 'ਚ, ਭਾਵੇਂ ਕਿਸੇ ਲੈਵਲ 'ਤੇ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ ਜਾਂ ਹੋਰ ਵੀ ਕਈ ਕਾਰਨ ਹੋ ਸਕਦੇ ਆ, ਅਤੇ ਉਹ ਫਿਰ ਨਾਲ ਦੇ ਬੰਦੇ ਨੂੰ ਖਰੀਦ ਕੇ ਹੀ ਉਹਨੂੰ ਮਰਵਾ ਦਿੰਦੇ ਹੁੰਦੇ ਆ। ਮੇਰੇ ਮੈਨੂੰ 100% ਲੱਗਦਾ, ਕਿਉਂਕਿ ਮੇਰਾ ਬੜਾ ਤਜਰਬਾ, ਕਿਉਂਕਿ ਨਿੱਕੀ ਮੋਟੀ ਗੱਲ ਤੋਂ ਕੋਈ ਕਿਸੇ ਨੂੰ ਮਾਰ ਨਹੀਂ ਆਉਂਦਾ ਹੁੰਦਾ, ਨਿੱਕੀ ਮੋਟੀ ਗੱਲ ਤੋਂ ਨਹੀਂ ਕੋਈ ਕਿਸੇ ਨੂੰ ਮਾਰਦਾ ਐਵੇਂ, ਇੱਕ ਦੂਜੇ ਨਾਲ ਮਾੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ। ਅਤੇ ਅੱਜ ਕੱਲ੍ਹ ਚਲੋ ਇਹ ਵੀ ਗੱਲ ਹੈਗੀ ਆ, ਕਿਸੇ ਨੂੰ ਆਰਾਮ ਨਾ ਉਹਨਾਂ ਦੇ ਉਹ ਸੜਕ ਤੋਂ, ਅਤੇ ਉਹ ਵੀ ਡੇਲੇ ਘੜ ਘੜ ਵੇਖੀ ਜਾਂਦਾ ਵੀ ਮੈਨੂੰ ਰਾਹ ਨਹੀਂ ਦਿੱਤਾ, ਪੇਸ਼ੈਂਸ ਖਤਮ ਹੋ ਗਈ ਆ ਖਾਸ ਕਰਕੇ ਨੌਜਵਾਨੀ ਦੀ। ਵਿਸ਼ਵਾਸ ਤਾਂ ਜੇ ਨਾਲ ਦਾ ਹੀ ਮਾਰਦੇ, ਕਹਿੰਦਾ ਨਾਲ ਦਾ ਬੰਦਾ ਹੀ ਮਾਰਦੇ, ਤਾਂ ਉਦੋਂ ਵੱਡਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ। ਮੈਂ ਸਮਝਦਾ ਕਿ ਇਹ ਜਿਹੜੇ ਰਿਸ਼ਤਾ ਨਾਲ ਰਹਿ ਕੇ, ਨਾਲ ਗੜਬਈ ਰਹਿ ਕੇ ਜਾਂ ਸੇਵਾਦਾਰ ਰਹਿ ਕੇ ਉਹ ਹੀ ਮਾਰ ਦਿੰਦੇ, ਤਾਂ ਇਹ ਤੋਂ ਵੱਡਾ ਹੋਰ ਵਿਸ਼ਵਾਸ ਘੱਟ ਕੀ ਹੋ ਸਕਦਾ। ਮੈਂ ਬਿਲਕੁਲ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹਦਾ ਜਿੰਨਾ ਚਿਰ ਫੜੋਗੇ ਨਾ ਉਨਾ ਚਿਰ ਅਸੀਂ ਸੰਸਕਾਰ ਨਹੀਂ ਗਾ ਕਰਨਾ, ਕਿਉਂਕਿ ਬੰਦਿਆਂ ਦਾ ਤਾਂ ਪਤਾ ਹੀ ਆ, ਬੰਦਾ ਤਾਂ ਵਿੱਚ ਕਈ ਵਾਰ ਹੁੰਦਾ ਵੀ ਪਤਾ ਨਹੀਂ ਲੱਗਦਾ ਵੀ ਫਲਾਣਾ ਮਰ ਗਿਆ ਫਲਾਣਾ ਮਰ ਗਿਆ। ਉਹ ਤਰ੍ਹਾਂ ਪੁਲਿਸ ਨੇ ਜੋ ਹੁਣ ਤੱਕ ਦੀ ਕਾਰਵਾਈ ਕੀਤੀ ਉਹ ਸੈਟਿਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਦੱਸਿਆ, ਕਿਉਂਕਿ ਰਾਤ ਹੀ ਇੱਥੇ ਆਣ ਕੇ ਬੈਠੇ ਰਹੇ ਆ, ਅਤੇ ਉਹ ਇਹ ਨਹੀਂ ਕਿ ਕੋਈ ਪੁਲਿਸ ਦੀ ਕੋਈ ਢਿੱਲ ਨਹੀਂ ਹੈਗੀ, ਪਰ ਇਹਦੇ ਬਾਵਜੂਦ ਵੀ ਅਸੀਂ ਉਹਦੀ ਡੂੰਘਾਈ ਤੱਕ ਜਾਣਾ ਚਾਹੁੰਦੇ ਹਾਂ ਵੀ ਉਹਨੂੰ ਮਾਰਿਆ ਅਤੇ ਮਾਰਿਆ ਕਿਉਂ। ਨਹੀਂ, ਮੇਰੇ ਨਾਲ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜਿਹੀ। ਔਰ ਉੱਥੇ ਜਦੋਂ ਸੰਤਾਂ ਦਾ ਮੇਲਾ ਹੁੰਦਾ ਸੀ ਨਾ ਪੂਰੇ, ਸੰਤ ਕਰਤਾਰ ਸਿੰਘ ਖਾਲਸਾ ਪਿੰਡ ਮੇਰੇ ਪਿਤਾ ਜੀ ਦਾ, ਉੱਥੇ ਜਾ ਕੇ ਮੇਰੇ ਨਾਲ ਮੁੰਡੇ ਨਾਲ ਮੋਢਾ ਡਾ ਕੇ ਖਲੋਂਦਾ ਰਿਹਾ। ਭਾਵੇਂ ਭਾਈ ਅਮਰੀਕ ਸਿੰਘ ਦਾ ਮੇਲਾ ਹੁੰਦਾ ਸੀ ਚਾਹੇ ਸੰਤ ਜਰਨੈਲ ਸਿੰਘ ਦਾ, ਮੈਂ ਮਨਾਉਂਦਾ, ਚਾਰ ਮੇਲੇ ਮਨਾਉਂਦਾ ਮੈਂ ਹਰ ਸਾਲ ਉੱਥੇ ਪੂਰੇ। ਅਤੇ ਹਰ ਸਾਲ ਕਈ ਵਾਰਾਂ ਜਿਵੇਂ ਮੈਂ ਆਖਣਾ ਵੀ ਐਤਕੀ ਇਹ ਛੋਟਾ ਮੇਲਾ ਰਹਿਣ ਦੀ, ਉਹਨੇ ਕਹਿਣਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਅਤੇ ਆਪਾਂ ਭਾਈ ਸਾਹਿਬ ਮਨਾਈਏ ਜ਼ਰੂਰ, ਕੁਰਬਾਨੀ ਬੜੀ ਹੈ ਤੁਹਾਡੇ ਪਰਿਵਾਰ ਦੀ, ਠੀਕ ਹੈ ਨਾ, ਹੈ ਤਾਂ ਕੌਮ ਦਾ ਫਰਜ਼ ਬਣਦਾ ਹੈ ਮਨਾਉਣ ਦਾ, ਤਾਂ ਕਹਿੰਦਾ ਕਈ ਵਾਰ ਭੁੱਲ ਜਾਂਦੇ ਆ ਲੋਕ। ਸੋ ਮੈਂ ਸਮਝਦਾ ਮੇਰੀ ਸੱਜੀ ਬਾਂਹ ਭੱਜਣ ਵਾਲੀ ਗੱਲ ਹੋਈ ਆ, ਭਰਾ ਹੀ ਜੇ ਭਰਾ ਹੀ ਮਾਰਿਆ ਜਾਵੇ ਤਾਂ ਇਹ ਤਾਂ ਕੀ ਅਫਸੋਸ ਦੀ ਗੱਲ ਹੋਰ ਹੋ ਸਕਦੀ, ਭਰਾ ਹੀ ਮਾਰਤਾ। ਇਹ ਬੜੀ ਮੰਦਭਾਗੀ ਘਟਨਾ ਹੈ, ਬਾਬਾ ਬਲਵਿੰਦਰ ਜੀ ਜਿਹੜੇ ਇੱਥੇ ਮੁੱਖ ਸੇਵਾਦਾਰ ਸੀ ਇਸ ਗੁਰਦੁਆਰਾ ਸਾਹਿਬ ਦੇ, ਉਹਨਾਂ ਦਾ ਰਾਤ ਕਤਲ ਹੋ ਗਿਆ, ਤੁਹਾਨੂੰ ਸਭ ਨੂੰ ਪਤਾ ਹੀ ਹੈ। ਇਸ ਕਤਲ ਜਿਹੜਾ ਮੁੱਖ ਦੋਸ਼ੀ ਆ ਉਹ ਰਮਨਜੀਤ ਆ, ਸਲਾਹਪੁਰ ਪਿੰਡ ਦਾ ਰਹਿਣ ਵਾਲਾ, ਉਹ ਉਹਨਾਂ ਦਾ ਸੇਵਾਦਾਰ ਸੀਗਾ। ਉਹਨਾਂ ਦੀ ਰਾਤ ਨੂੰ ਜੋ ਸਾਨੂੰ ਹੁਣ ਤੱਕ ਨਜ਼ਰ ਆ ਰਿਹਾ ਕਿ ਸ਼ਾਇਦ ਉਹਨਾਂ ਦੀ ਸੇਵਾ ਕਰ ਰਿਹਾ ਸੀ ਅੰਦਰ, ਉਸ ਤੋਂ ਬਾਅਦ ਉਹਨੇ ਉਹਨਾਂ ਦਾ ਮਰਡਰ ਕਰਤਾ। ਵੀ ਹੈਵ ਐਂਪਲ ਐਵੀਡੈਂਸ, ਸਾਡੇ ਕੋਲ ਪੂਰਾ ਕਲੀਅਰ ਐਵੀਡੈਂਸ ਹੈ ਕਿ ਮਰਡਰ ਉਹਨੇ ਕੀਤਾ, ਕਿਉਂਕਿ ਉਹ ਉਸ ਤੋਂ ਬਾਅਦ ਉਹ ਦੌੜਦਾ ਵੀਡੀਓ 'ਚ ਨਜ਼ਰ ਆ ਰਿਹਾ, ਬਦ ਹਵਾਸ ਜਿਹਾ ਹੋਇਆ, ਜਿਸ ਤਰ੍ਹਾਂ ਇਨਸਾਨ ਗਲਤੀ ਕਰ ਬੈਠਦਾ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਗਲਤੀ ਕੀਤੀ ਹੈ। ਉਹਦੇ ਮੁਤਾਬਕ ਉਹ ਦੌੜਦਾ ਇੱਧਰ ਉੱਧਰ ਦੌੜਦਾ ਫਰੰਟ 'ਤੇ, ਫਿਰ ਉਸ ਤੋਂ ਬਾਅਦ ਪਿੱਛੋਂ ਦੀ ਗੇਟ ਤੋਂ ਨਿਕਲ ਕੇ ਚਲਾ ਗਿਆ ਹੈਗਾ। ਮਰਡਰ ਦਾ ਅਸੀਂ ਪਰਚਾ ਦਰਜ ਕਰ ਲਿਆ, ਜਿਹੜਾ ਦੋਸ਼ੀ ਆ ਉਹਦੇ ਉੱਪਰ ਰੇਡ ਕੀਤੇ ਜਾ ਰਹੇ ਹੈ। ਵੀ ਆਰ ਰਾਉਂਡ ਅਪ ਸਮ ਪੀਪਲ ਐਂਡ ਵੈਰੀ ਸੂਨ ਵੀ ਵਿਲ ਕੈਚ।
ਕਿਉਂਕਿ ਅਸਲ 'ਤੇ ਜਿਹੜੀ ਵਜ੍ਹਾ ਹੈਗੀ ਆ ਉਹ ਜਦੋਂ ਅਸੀਂ ਉਹਨੂੰ ਫੜਾਂਗੇ ਅਕਿਊਜ਼ ਦੀ ਪੁੱਛਗਿੱਛ ਕਰਾਂਗੇ ਉਹਦੇ ਨਜ਼ਰ ਆਏਗਾ। ਬਟ ਇਟ ਇਜ਼ ਕਲੀਅਰ ਕਿ ਜੋ ਕੁਛ ਹੋਇਆ ਉਹ ਬੰਦ ਕਮਰੇ ਦੇ ਅੰਦਰ ਹੋਇਆ, ਉਹ ਸ਼ਾਇਦ ਉਹਦੀ ਲੱਤਾਂ ਦੀ ਮਸਾਜ ਕਰ ਰਿਹਾ ਸੀਗਾ, ਕਿਸੇ ਗੱਲ ਤੋਂ ਕੋਈ ਤਕਰਾਰ ਹੋਇਆ ਹੋਏਗਾ, ਇਹ ਅਕਿਊਜ਼ ਦੇ ਫੜੇ ਜਾਂਦੇ ਪਤਾ ਚੱਲੇਗਾ। ਬਟ ਵਨ ਥਿੰਗ ਇਜ਼ ਸ਼ੋਰ ਕਿ ਇਹਦੇ 'ਚ ਕੋਈ ਵੀ ਹੋਰ ਐਂਗਲ ਨਹੀਂ ਹੈ। ਇਹ ਗੱਲ ਇੱਕ ਪਲੀਜ਼ ਇੱਕ ਮੈਂ ਇਸ ਗੱਲ ਨੂੰ ਦੁਬਾਰਾ ਦੁਹਰਾਉਣਾ ਚਾਹਾਂਗਾ ਕਿ ਇਸ ਮਰਡਰ 'ਚ ਕੋਈ ਵੀ ਹੋਰ ਐਂਗਲ ਨਹੀਂ ਹੈ। ਇਟ ਇਜ਼ ਅ ਸਿੰਪਲ ਮਰਡਰ, ਨੈਚੁਰਲ ਮਰਡਰ, ਔਰ ਉਹਦੀ ਕੀ ਵਜ੍ਹਾ ਮਰਡਰ ਦੀ ਜਦੋਂ ਰਮਨਜੀਤ ਪਕੜਿਆ ਜਾਏਗਾ ਤਾਂ ਤੁਹਾਡੀ ਸਾਰੀ ਗੱਲ ਤੁਹਾਡੇ ਸਾਹਮਣੇ ਅਸੀਂ ਖੁਲਕ ਲਿਆ ਦੇ। ਨਹੀਂ, ਐਸਾ ਕੁਛ ਵੀ ਨਹੀਂ ਹੈ। ਵੀ ਹੈਵ ਨੋ ਪਾਸਟ ਹਿਸਟਰੀ, ਸਾਡੇ ਕੋਲ ਕੋਈ ਪਾਸਟ ਰਿਕਾਰਡ, ਪਾਸਟ ਹਿਸਟਰੀ ਨਹੀਂ ਹੈ। ਦੋ ਸੇਵਾਦਾਰ ਸੀਗੇ, ਇੱਕ ਅੰਮ੍ਰਿਤ ਸੀਗਾ, ਦੋਨੋਂ ਇਕੱਠੇ ਨਾਲ ਦਾ ਕਮਰਾ ਹੈਗਾ, ਤੁਸੀਂ ਦੇਖ ਹੀ ਰਹੇ ਹੋ, ਉੱਥੇ ਰਹਿੰਦੇ ਸੀ, ਸੇਵਾ ਕਰਦੇ ਸੀ ਗੁਰਦੁਆਰਾ ਸਾਹਿਬ ਦੀ, ਬਾਬਾ ਜੀ ਦੀ। ਹੁਣ ਕਿਸ ਗੱਲ ਕਰਕੇ ਉਹਨੇ ਮਰਡਰ ਕੀਤਾ ਇਹ ਤਾਂ ਉਹ ਪਕੜੇ ਜਾਂਦੇ ਸਨ ਦੱਸ। ਮੈਂ ਦੱਸਿਆ ਜੀ ਰਾਤ ਮਰਡਰ ਹੋਇਆ ਕੋਈ ਤਕਰੀਬਨ 10 ਵਜੇ ਬਾਅਦ ਜਿਹੜਾ ਹੈਗਾ ਹੈ, ਔਰ ਉਮਰ ਦੀ ਛੋਟੀ ਹੋਈ ਹੈ, 20-22 ਸਾਲ ਦਾ ਸਾਰਾ ਹੋਣਾ ਅਜੇ। ਅਸੀਂ ਉਹਨੂੰ ਰੇਡਸ ਕਾਫੀ ਕੀਤੇ ਰਾਤ ਦੇ, ਇਸ ਵਕਤ ਵੀ ਸਾਡੀ ਪਾਰਟੀਜ਼ ਕਾਫੀ ਸਾਰੀਆਂ ਇਲਾਕੇ 'ਚ ਫੈਲੀਆਂ ਪਈਆਂ, ਉਹਨੂੰ ਫੜਨ ਵਾਸਤੇ ਉਹਦੇ ਰਿਸ਼ਤੇਦਾਰਾਂ 'ਤੇ, ਉਹਦੇ ਸਗੇ ਸੰਬੰਧੀਆਂ 'ਤੇ, ਉਹਦੇ ਸਾਥੀਆਂ 'ਤੇ ਅਸੀਂ ਰੇਡ ਕਰ ਰਹੇ ਹਾਂ। ਬਹੁਤ ਜਲਦੀ ਕਾਬੂ ਆ ਜਾਏਗਾ, ਕੋਈ ਵੱਡੀ ਗੱਲ ਨਹੀਂ ਹੈ। ਸਰ ਉਹਦੇ ਕੋਲ ਰਿਵਾਲਵਰ ਵੀ ਸਰ ਜਿਹੜਾ ਬਾਬਾ ਜੀ ਦਾ ਲੈ ਕੇ ਦੱਸਦੇ ਵੀ ਚਲਾ ਗਿਆ ਜੀ, ਉਹਦਾ ਕੋਈ ਨਹੀਂ? ਅਸੀਂ ਤਾਂ ਕੋਈ ਸਰ ਰਿਵਾਲਵਰ ਉਹਨਾਂ ਕੋਲ ਸੀ, ਰਿਵਾਲਵਰ ਮਿਸਿੰਗ ਆ, ਚੈੱਕ ਕਰਦੇ ਹਾਂ ਉਹ ਲੈ ਗਿਆ ਜਾਂ ਕੌਣ ਲੈ ਗਿਆ। ਗਨ ਵੀ ਸੀ ਜੀ ਉਹਨਾਂ ਦੀ ਬਾਬਾ ਜੀ? ਹਾਂਜੀ, ਗਨ ਵੀ ਹੈਗੀ ਸੀ ਉਹਨਾਂ ਕੋਲ। ਗਨ ਜਮਾ ਕਰਾਈ ਜੀ? ਜਮਾ ਕਰਾਈ, ਗਨ ਉਹਨਾਂ ਦੀ ਜਮਾ ਹੈਗੀ ਹੈ ਜੀ। ਹਾਂਜੀ ਹਾਂਜੀ, ਗੰਜ ਜਮਾ ਉਹਨਾਂ ਦੀ। ਸਰ ਪੈਸਿਆਂ ਦੀ ਕੋਈ ਲੁੱਟ ਹੋਈ ਹੈ? ਪੈਸੇ ਵੀ ਲੈ ਕੇ ਗਿਆ ਕੋਈ? ਨਾ, ਐਸਾ ਕੋਈ, ਮੈਂ ਪਹਿਲੇ ਕਿਹਾ ਵੀ ਕੋਈ ਹੋਰ ਐਂਗਲ ਨਹੀਂ ਹੈ, ਨਾ ਡਕੈਤੀ ਦਾ, ਨਾ ਰੋਬਰੀ ਦਾ, ਨਾ ਅਸੀਂ ਇਹਨੂੰ ਕੀ ਕਿ ਕੋਈ ਹੋਰ ਇਹਨੂੰ ਅਸੀਂ ਐਵੇਂ, ਮੈਨੂੰ ਕਈ ਫੋਨ ਚਾਰਜ ਫੇਰੇ ਚੱਲ ਰਹੇ ਨੇ, ਕਈ ਕੋਈ ਕੁਛ ਕਰ ਰਿਹਾ। ਬਟ ਆਈ ਵੁੱਡ ਲਾਈਕ ਟੂ ਸਟ੍ਰੈਸ ਅਪੋਨ ਦਿਸ ਫੈਕਟ, ਮੈਂ ਇਸ ਗੱਲ ਨੂੰ ਜ਼ੋਰ ਦੇ ਕਹਾਂਗਾ ਕਿ ਇਟਸ ਏ ਮਰਡਰ, ਸਿੰਪਲ ਮਰਡਰ। ਉਹਨੇ ਕਿਉਂ ਕੀਤਾ? ਕਿਉਂਕਿ ਕੋਈ ਬਾਹਰ ਦਾ ਬੰਦਾ ਤਾਂ ਆਇਆ ਨਹੀਂ, ਕੋਈ ਹੋਰ ਦੋਸ਼ੀ ਨਹੀਂ, ਕੋਈ ਸਾਥੀ ਨਹੀਂ, ਕੋਈ ਵਜ੍ਹਾ ਰੰਜਿਸ਼ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਰੋਜ਼ ਦੀ ਤਰ੍ਹਾਂ ਬਾਬਾ ਜੀ ਸੇਵਾ ਕਰਦਾ ਸੀਗਾ, ਰਾਤ ਵੀ ਉਹਨੇ ਮੁੰਡੀ ਲਗਾ ਕੇ ਸੇਵਾ ਕਰ ਰਿਹਾ ਸੀਗਾ। ਹੁਣ ਅੰਦਰ ਕੀ ਵਾਪਰਿਆ ਸਾ ਜਿਸ ਤੋਂ ਤੈਸ਼ ਚਾ ਕੇ ਉਹਨੇ ਉਹਨਾਂ ਦਾ ਮਰਡਰ ਕਰਤਾ, ਇਹ ਤਾਂ ਪਕੜੇ ਜਾਣ 'ਤੇ ਉਹੀ ਸਾਨੂੰ ਦੱਸ ਸਕਦਾ ਫੜੇ ਜਾਣ 'ਤੇ। ਭਾਈ ਮਨਜੀਤ ਸਿੰਘ ਨੇ ਸ਼ੱਕ ਜ਼ਾਹਰ ਕੀਤਾ ਜੀ ਕਿਤੇ ਨਾ ਕਿਤੇ ਵੱਡੀ ਸਾਜ਼ਿਸ਼ ਹੋ ਸਕਦੀ ਹੈ। ਮੈਂ ਇਸ ਬਾਰੇ ਹਜੇ ਕੋਈ ਕਮੈਂਟ ਨਹੀਂ ਕਰ ਸਕਦਾ ਜੀ, ਬਟ ਮੈਂ ਆਪਣਾ ਤੁਹਾਨੂੰ ਪੁਆਇੰਟ ਆਫ ਵਿਊ ਦੱਸਦਾ, ਜੋ ਸਾਡੀ ਹੁਣ ਤੱਕ ਦੀ ਤਫਤੀਸ਼ ਹੈ, ਜੋ ਸਾਡੀ ਹੁਣ ਤੱਕ ਦੀ ਆਬਜ਼ਰਵੇਸ਼ਨ ਹੈ। ਜਦੋਂ ਰਮਨਜੀਤ ਸਾਡੇ ਕਾਬੂ ਆਏਗਾ, ਬਹੁਤਾ ਦੂਰ ਨਹੀਂ ਹੈ, ਵੈਰੀ ਸੂਨ ਵੀਲ ਕੈਚ ਹਿਮ, ਸਾਰੀ ਗੱਲ ਤੁਹਾਡੇ ਸਾਹਮਣੇ ਲਿਆ ਕੇ ਬੇਨਕਾਬੂ ਸੀ ਕਰ ਦਿਆਂਗੇ। ਸਰ ਮਾਮਲਾ ਰਜਿਸਟਰਡ ਹੋਇਆ ਕਿਹੜੀਆਂ ਧਾਵਾਂ ਤਹਿਤ ਹੋਵੇ? 302 ਦੇ ਤਹਿਤ ਜੀ, 302 ਇਸ ਮਰਡਰ ਕੇਸ, ਔਰ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ। ਰੈਸਟ ਅਸ਼ੋਰਡ ਅਸੀਂ ਪੂਰਾ ਜ਼ੋਰ ਲਗਾ ਕੇ ਇਹਨੂੰ ਬਹੁਤ ਜਲਦੀ ਕਾਬੂ ਕਰਕੇ ਤੁਹਾਡੇ ਸਾਹਮਣੇ ਲੈ ਕੇ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਗਿਆ ਅਸੀਂ ਤੁਹਾਡੇ ਸਾਹਮਣੇ ਖੋਲ ਕੇ ਦੇ ਦਿਆਂਗੇ।